जी गा सुनो एक मिनट। ओ किड़े सोचा खो गया तेनू कुछ कहा मैं भी जाके प्रपोज कर लैटर ना उदे वास्ते लिखे उरे खड़न वास्ते नहीं। चल भाई जाना मैं रब्बा लाज रख। ओ बाबा तो नाल ही है बग जा बग जा। अगे तो खड़े ही झाकता रहा इस कोल आ रहा। हाय रब्बा पता नहीं की बोलू। सुनियो हाँ जी ओ, ओ, मैं की मैं थोड़े लिए लेके आया एक ही है तुसी पढ़ लो। ओ हेलो हाँ जी नंबर तो दे जा अपना। नंबर फेक की रहा है नंबर मंग रही हूँ। ओ मेरी हिम्मत जी नहीं हो रही जी। अच्छा नंबर फड़ाउण दी तां हिम्मत नहीं व्याह करवाउण दी हिम्मत कित्थों आ जा तेरे च। नाले मैनू तां इह लगदा तू बस मिठे मिठे गल्लां मारन वाला आई आ साथ निभाउण वाला नहीं। ओ नहीं जी साथ तां जट सेवियां तक निभाऊगा तुहाडा। तुसीं वारी इक वारी यारी लगदा देखो। अच्छा कदों दी तां कही जांदी आ नंबर दे दे सुणदा तां तूं है नहीं मेरी। तुसीं नंबर लिखो हाथ तो उतार ला इन्नी जोर दी भी नहीं मारिया। बोलो 793 2286 ओके मैसेज कर दे जी। ठीक है बाय। ਮੈਨੂੰ ਤਾਂ ਐਂ ਸੀ ਜੇ ਮੈਨੂੰ ਰਾਤ ਨੂੰ ਬੁਲਾਉਂਗੀ ਵੀ ਕਹੂੰਗੀ ਆ ਜਾ ਘਰੇ ਮਿਲ ਜਾ ਇਹ ਮੈਨੂੰ ਮਨਾ ਕਰ ਦੂਗਾ ਤੇ ਡਰ ਜੂਗਾ ਤੇ ਅੱਗੇ ਤੋਂ ਮੈਨੂੰ ਕਹੂਗਾ ਨਹੀਂ ਵੀ ਮੈਂ ਮਿਲਣਾ ਆ ਪਰ ਇਹ ਤਾਂ ਪਹਿਲਾਂ ਹੀ ਤਿਆਰ ਆ ਜੇ ਮੈਂ ਹੁਣ ਇਹਨੂੰ ਜਵਾਬ ਦਊਂਗੀ ਨਾ ਵੀ ਨਾ ਫਿਰ ਗੁੱਸਾ ਕਰ ਜੂ। ਚੱਲ ਦੇਖੀ ਚੱਲੂ ਕੀ ਹੁੰਦਾ। ਬਾਪੂ ਆਪਦਾ ਸੰਦਾ ਆਪ ਹੀ ਚਲਾਈਏ ਤਾਂ ਵੀ ਠੀਕ ਰਹਿੰਦਾ ਹੁਣ ਕਿਸੇ ਦੇ ਸਾਰੇ ਛੱਡਿਆ ਜਾ ਨਹੀਂ ਆਉਂਦਾ ਚਾਹੇ ਆਪਦਾ ਹੀ ਆ। ਉਹ ਚੱਲ ਫੇਰ ਕੀ ਹੋ ਗਿਆ ਉਹ ਕੰਜਰ ਮੈਥੋਂ ਛੋਟਾ ਨਸ਼ੇੜੀ ਨਿਕਲ ਗਿਆ ਉਹ ਜਵਾਕ ਵਿਚਾਰਾ ਉਹ ਕਿਤੇ ਨਸ਼ਿਆਂ 'ਚ ਨਾ ਪੈ ਜੇ ਆਪ ਹੀ ਸਾਂਭ ਸੰਭਾਲ ਕਰੂ ਉਹ ਵੀ ਤੇਰਾ ਭਾਈ ਹੀ ਆ। ਚੱਲ ਇਹ ਤਾਂ ਗੱਲ ਹੈਗੀ ਬਾਪੂ ਫਿਰ ਤੂੜੀ ਵਾਲੀ ਲਿਆ ਲਾਂਗੇ। ਲਿਆ ਪੁੱਤ ਦੁੱਧ ਲਿਆ ਓਏ ਹੋਰ ਬਾਕੀ ਟਰੈਕਟਰ ਦਾ ਵੀ ਐਤਕੀ ਕੰਮ ਤੂੰ ਸਮਾਰ ਕੇ ਕਰਾ ਦੀ ਪਿਛਲੀ ਵਾਰ ਬੰਦ ਜੇ ਹੋਈ ਗਿਆ। ਆਲੋ ਵੀਰੇ ਸਿਮਰ ਅੱਜ ਦੁੱਧ 'ਚ ਕੀ ਪਾਇਆ ਕਿਉਂ ਕੀ ਹੋਇਆ। ਨਾ ਹੋਇਆ ਤਾਂ ਕੁਛ ਨਹੀਂ ਸਵਾਦ ਏ ਵਾਲਾ। ਓ ਅੱਛਾ ਉਹ ਮੈਂ ਨਾ ਚੋਕਲੇਟ ਵਾਲਾ ਪਾਊਡਰ ਪਾਇਆ ਵਿੱਚ। ਅੱਛਾ ਉਹ ਤੇ ਇਹ ਕਿੱਥੋਂ ਲਿਆਂਦੀ ਲਿਆਂਦਾ ਤੂੰ। ਉਹ ਮੈਂ ਲੈ ਕੇ ਆਈ ਸੀਗੀ ਕੱਲ ਹੀ ਮੈਂ ਗਈ ਸੀ ਨਾ ਸ਼ਾਪਿੰਗ ਕਰਨ। ਅੱਛਾ 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 ਹਾਂਜੀ ਸਵਾਦ ਹੀ ਬੜਾ। ਫਿਰ ਮੈਂ ਵੀ ਸੋਚਿਆ ਮੇਰੀ ਫਰੈਂਡ ਨੇ ਕਿਹਾ ਸੀਗਾ ਮੈਂ ਵੀ ਥੋੜਾ ਦੁੱਧ ਹੈ ਨਾ ਦੂਜੇ ਰੋਟ ਪੀ ਮਤਲਬ ਮੈਨੂੰ ਪਸੰਦ ਨਹੀਂ ਹੈਗਾ ਸੋ ਮੈਂ ਕਿਹਾ ਚਲੋ ਆ ਚਾਕਲੇਟ। ਤੇਰਾ ਦੁੱਧ ਕਿੱਥੇ ਪੁੱਤ ਫਿਰ ਅੱਜ। ਡੈਡੀ ਜੀ ਉਹ ਮੈਂ ਨਾ ਅੱਜ ਰੋਟੀ ਬਹੁਤ ਜ਼ਿਆਦਾ ਖਾ ਲਈ। ਉਹਲੇ ਫਿਰ ਰੋਟੀ ਜ਼ਿਆਦਾ ਖਾ ਲਈ ਹੁਣ ਦੁੱਧ ਨਹੀਂ ਪੀਣਾ ਹੈਗਾ। ਨਹੀਂ ਪੀਣਾ ਪਤਾ ਕੀ ਆ ਭਿੰਡੀਆਂ ਦੀ ਸਬਜ਼ੀ ਬਣੀ ਸੀ ਉਹ ਤਾਂ ਤੁਹਾਨੂੰ ਪਤਾ ਮੈਨੂੰ ਬਹੁਤ ਪਸੰਦ ਹੈ ਫਿਰ ਮੈਂ ਉਹ ਖਾ ਲਈ। ਅੱਛਾ ਆ ਸਾਨੂੰ ਨਵੀਂ ਲੱਤ ਲਾਤੀ ਹੈ।
ਹੁਣ ਪਹਿਲਾਂ ਗੁੜ ਖਾਂਦੇ ਸੀਗੇ ਮੇਲਾ ਦਾ ਹੁਣ ਆ ਕਿਹਾ ਕਰਾਂਗਾ ਕੀ ਪਾਊਡਰ ਕਿਹੜਾ ਕਿ ਚਾਕਲੇਟ ਅੱਛਾ ਚਾਕਲੇਟ ਪਾਊਡਰ ਹੁਣ ਮਣ ਕਰੇ ਇਹਦਾ ਡੱਬਾ ਮੁੱਕੀ ਰਿਹਾ ਕਰੇ ਵੀ ਲਿਆ ਕਰਾਂ ਯਾਦ ਕਰਕੇ ਸਵਾਦ ਹੀ ਵਾਲਾ ਬਣਦਾ ਜਿੰਨਾ ਚਿਰ ਆੜਤੀ ਆ ਜਿੰਦਾਬਾਦ ਜਿੰਦਾਬਾਦ ਹੋਰ ਲੈ ਪੁੱਤ ਮੈਂ ਤਾਂ ਬਾਪੂ ਹਜੇ ਹੌਲੀ ਹੌਲੀ ਪੀਂਟ ਗਈ ਨਾਲ ਉਹ ਕਿਵੇਂ ਮਰਜ਼ੀ ਪੀ ਪੁੱਤ ਤੂੰ ਮੈਂ ਲੱਗਿਆ ਸੌਣ ਠੀਕ ਹੈ ਬਾਪੂ ਚੱਲ ਦੋ ਚੱਲ ਦੇਖਦੇ ਹਾਂ ਬਾਪੂ ਸਵੇਰੇ ਡੈਡੀ ਅਤੇ ਵੀਰਾ ਤਾਂ ਸੌਂ ਗਏ ਆ ਮੈਂ ਨਾ ਹੁਣ ਜਸ ਨੂੰ ਕਾਲ ਕਰਕੇ ਦੇਖਦੀ ਹਾਂ ਕਿੱਥੇ ਕੁ ਪਹੁੰਚ ਗਿਆ ਹੈਲੋ ਜਸ ਕਿੱਥੇ ਹੋ ਤੁਸੀਂ ਅੱਛਾ ਬਾਹਰ ਖੜ੍ਹੇ ਹੋ ਬਸ ਮੈਂ ਆ ਗਈ 5 ਮਿੰਟ ਰੁਕੋ ਹਾਂਜੀ ਸਾਰੇ ਸੌਂ ਗਏ ਆ ਜਿਹੜੀ ਮੈਂ ਤੈਨੂੰ ਗੋਲੀਆਂ ਕਿਹਾ ਸੀਗਾ ਪਾਤੀ ਸੀ ਉਹ ਹਾਂਜੀ ਮੈਂ ਪਾਤੀਆਂ ਪਰ ਜਸ ਮੈਨੂੰ ਡਰ ਲੱਗੀ ਜਾਂਦਾ ਜੇ ਗਏ ਉੱਠ ਗਏ ਫਿਰ ਉਹ ਨਹੀਂ ਤੂੰ ਫਿਕਰ ਨਾ ਕਰ ਜਿਹੜੀ ਮੈਂ ਤੈਨੂੰ ਗੋਲੀਆਂ ਦਿੱਤੀ ਨਾ ਬਹੁਤ ਤੇਜ਼ ਨੇ ਉਹ ਸਵੇਰ ਤੱਕ ਉੱਠਣੇ ਨਹੀਂ ਹੈਗੇ ਜਮਾਂ ਵੀ ਅੱਛਾ ਹਾਂ ਐਂ ਕਰ ਮੈਨੂੰ ਪਾਣੀ ਲਗਾ ਲਿਆ ਕਰੇ ਗਲਾ ਬੜਾ ਖਰਾਬ ਹੋ ਜਾਏਗਾ ਲਿਆ ਕੇ ਦਿੰਦੀ ਹਾਂ ਹਾਂ ਜੋਰੇ ਹਾਂ ਕੋਈ ਗੱਲ ਨਹੀਂ ਦੇਖ ਲਾਂਗੇ ਹਾਂ 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 ਤੂੰ ਜਿਵੇਂ ਕਹੇਗਾ ਕੋਈ ਗੱਲ ਨਹੀਂ ਹਾਂ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਲੋ ਡੈਡੀ ਜੀ ਚਾਹ ਲਿਆ ਪੁੱਤ ਵੈਸੇ ਕਿਹਦੇ ਰਿਸ਼ਤੇ ਦੀ ਗੱਲ ਹੋ ਰਹੀ ਸੀ ਪੁੱਤ ਰਿਸ਼ਤੇ ਦੀ ਕਿਹਦੀ ਗੱਲ ਹੋਣੀ ਆ ਤੇਰੇ ਰਿਸ਼ਤੇ ਦੀ ਗੱਲ ਚੱਲਦੀ ਸੀ ਮੇਰੇ ਰਿਸ਼ਤੇ ਦੀ ਹਾਂ ਪਰ ਡੈਡੀ ਜੀ ਮੈਂ ਅਜੇ ਵਿਆਹ ਨਹੀਂ ਕਰਾਉਣਾ ਮੈਂ ਅਜੇ ਪੜ੍ਹਨਾ ਅੱਗੇ ਉਹ ਪੁੱਤ ਹਜੇ ਤਾਂ ਦੇਖ ਦਿਖਾਈਆ ਕਰਾਂਗੇ ਜ਼ਮੀਨ ਜ਼ਮੂਨ ਚੈੱਕ ਕਰਾਂਗੇ ਪਟਵਾਰੀਆਂ ਸਟਵਾਰੀਆਂ ਤੋਂ ਫਰਦਾਂ ਫੁਰਦਾਂ ਕਢਾਵਾਂਗੇ ਵੀ ਕੋਈ ਲਿਮਿਟ ਕੋਈ ਕਰਜ਼ਾ ਕੁਰਜ਼ਾ ਤਾਂ ਨਹੀਂ ਅਗਲੇ ਦੇ ਸਿਰ 'ਤੇ ਖੜ੍ਹਾ ਅਸੀਂ ਕਰਦੇ ਕਰਾਉਂਦੇ ਕਿਤੇ 2 ਸਾਲ ਨਿਕਲ ਜਾਣਗੇ ਪਰ ਡੈਡੀ ਜੀ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ ਮੰਮੀ ਵੀ ਨਹੀਂ ਹੈਗੇ ਮੇਰੇ ਤੋਂ ਬਿਨਾਂ ਤੁਹਾਡਾ ਖਿਆਲ ਕੌਣ ਰੱਖੂਗਾ ਓਏ ਪੁੱਤ ਉਹ ਨਿਕੰਮਾ ਹੈਗਾ ਤਾਂ ਹੈਗਾ ਉਹਦਾ ਤਾਂ ਮੈਨੂੰ ਪਤਾ ਹੀ ਹੈ ਕਿੰਨਾ ਕੁ ਖਿਆਲ ਰੱਖੂਗਾ ਤੂੰ ਜਾਵੇਂਗਾ ਉਹਦਾ ਵਿਆਹ ਕਰਕੇ ਧੀ ਰਾਣੀ ਘਰੇ ਲਿਆਵਾਂਗੇ ਮੇਰੇ ਤੋਂ ਪਹਿਲਾਂ ਉਹਦੇ ਹੀ ਵਿਆਹ ਕਰ ਦਿਓ ਫਿਰ ਮੈਂ ਕਰਾ ਲੂੰਗੀ ਕੋਈ ਨਾ ਤੂੰ ਹਜੇ ਜੀ ਲਾ ਕੇ ਪੜ੍ਹ ਇਹ ਤਾਂ ਤੇਰੇ ਮਾਮੇ ਨੇ ਕਿਹਾ ਠੀਕ ਹੈ ਨਾ ਨਾਲੇ ਤੈਨੂੰ ਉਹਦੇ ਸੁਭਾਅ ਦਾ ਪਤਾ ਜੋਰੇ ਦਾ ਸੁਭਾਅ ਕਿਹੋ ਜਿਹਾ ਜੇ ਉਹਨੂੰ ਦੇਤਾ ਜਵਾਬ ਭਾਈ ਅਸੀਂ ਨਹੀਂ ਰਿਸ਼ਤਾ ਕਰਨਾ ਉਹਨੇ ਦਾ ਚਾਰੇ ਪੈਰ ਚੱਕ ਕੇ ਪਿੱਛੇ ਪੈ ਜਾਣਾ ਚਲੋ ਡੈਡੀ ਜੀ ਜਿਵੇਂ ਤੁਹਾਨੂੰ ਸਹੀ ਲੱਗਦਾ ਦੇਖ ਲਿਓ ਹਾਂ ਪੁੱਤ ਠੀਕ ਹੈ ਤੂੰ ਐਂ ਕਰ ਫੋਨ ਹੀ ਯੂਜ਼ ਕਰ ਲੈ ਮੈਂ ਤਾਂ ਇੱਥੋਂ ਚੱਲੀ ਹਾਂ ਤੈਨੂੰ ਕਹਿ ਰਹੀ ਆ ਹਾਂ ਤੂੰ ਤਾਂ ਫੋਨ ਹੀ ਯੂਜ਼ ਕਰ ਲੈ ਮੈਂ ਚੱਲ ਜਾਂਦੀ ਹਾਂ ਇੱਥੋਂ ਉਹ ਚੰਗਾ ਲੈ ਕਰਤਾ ਬੰਦ ਦੱਸ ਮੈਨੂੰ ਅੱਗੇ ਟੈਨਸ਼ਨ ਪਈ ਪਈ ਆ ਉਹ ਤਾਂ ਤੂੰ ਦਿਮਾਗ ਖਰਾਬ ਕਰੀ ਆ ਰਿਹਾ ਹੁਣ ਮੈਂ ਕੀ ਕਿਹਾ ਯਾਰ ਲੜਕੇ ਤੂੰ ਘਰੇ ਆਉਣੀ ਹੈ ਗੁੱਸਾ ਮੇਰੇ ਉਤਾਰਦਾ ਨਹੀਂ ਆ ਕੇ ਮੈਨੂੰ ਟੈਨਸ਼ਨ ਪਈ ਪਈ ਆ ਤਾਂ ਤੂੰ ਮੇਰੀ ਗੱਲ ਹੀ ਨਹੀਂ ਸੁਣਦਾ ਪਿਆ ਟੈਨਸ਼ਨ ਕਾਹਦੀ ਟੈਨਸ਼ਨ ਇਹ ਆ ਕਿ ਮੇਰੇ ਲਈ ਡੈਡੀ ਰਿਸ਼ਤਾ ਲੱਭੀ ਜਾ ਰਹੇ ਨੇ ਹਾਂ ਅਤੇ ਮੈਂ ਕੀ ਕਰਾਂ ਮੈਂ ਉਹਨਾਂ ਨੂੰ ਜਵਾਬ ਕਿਵੇਂ ਦੇਵਾਂ ਨਾ ਮੇਰੀ ਗੱਲ ਸੁਣ ਆਪਣਾ ਰਿਸ਼ਤਾ ਕੀ ਆ ਕੀ ਆ ਕੀ ਆ ਰਿਸ਼ਤਾ ਯਾਰ ਉਹ ਗੱਲ ਨਹੀਂ ਹੈਗੀ ਯਾਰ ਤੂੰ ਆਪਦੇ ਘਰਦਿਆਂ ਨੂੰ ਦੱਸ ਨਾ ਵੀ ਮੈਂ ਇੱਕ ਮੁੰਡੇ ਨੂੰ ਪਿਆਰ ਕਰਦੀ ਹਾਂ ਮੈਨੂੰ ਤਾਂ ਤੂੰ ਕਹੀ ਜਾਂਦਾ ਵੀ ਦੱਸ ਦੱਸ ਆਪਣੇ ਘਰੇ ਦੱਸਿਆ ਤੂੰ ਉਹ ਯਾਰ ਜੇ ਤੂੰ ਗੱਲ ਕਰੇਂਗੀ ਫੇਰ ਹੀ ਮੈਂ ਗੱਲ ਕਰੂੰਗਾ ਮੇਰਾ ਤਾਂ ਯਾਰ ਖੱਬੇ ਦਾ ਕੰਮ ਹੈ ਐਂ ਬਣਾ ਲੈਣੇ ਨੇ ਮਤਲਬ ਆਪਦੇ ਘਰ ਦੇ ਗੱਲ ਤਾਂ ਤੇਰੀ ਆ ਘਰੇ ਬਣਨ ਸਾਰ ਤਾਂ ਤੇਰਾ ਪਹਿਰਾਵਾ ਹੋਰ ਹੋ ਜਾਂਦਾ ਉਰੇ ਤੂੰ ਮੇਰੇ ਦਰੋਂ ਮਾਰੀ ਜਾਂਦਾ ਘਰੇ ਤੇਰੀ ਚੂ ਨਹੀਂ ਨਿਕਲਦੀ ਚੱਲ ਠੀਕ ਆ ਮੈਂ ਕਰ ਲੂੰਗੀ ਗੱਲ ਤੂੰ ਗੱਲ ਕਰ ਲਾ ਪਰ ਮੈਨੂੰ ਡਰ ਲੱਗੀ ਜਾਂਦਾ ਵਾ ਮੈਂ ਕਿਵੇਂ ਕਰਾਂ ਘਰੇ ਗੱਲ ਡਰ ਵਾਲੀ ਕੀ ਗੱਲ ਹੈ ਚੱਲ ਠੀਕ ਆ ਮੈਂ ਜੇ ਮਨਾ ਲਈ ਤੂੰ ਮਨਾ ਲੇਂਗਾ ਆਪਦੇ ਘਰ ਦੇ ਮਨਾ ਲੂੰ ਪੱਕਾ ਪੱਕਾ ਚੱਲ ਮੈਂ ਕਰਦੀ ਹਾਂ ਗੱਲ
तू गल कर डरने वाली की गल यार कि तेन मार देंगे हो मेरे डैडी का सुभाव बहुत वो आना पता भी लग गया ना मैं गल कर दी मुंडे बस फिर गल खत्म पहले मम्मी मम्मी तो बलतरी है नहीं है ना तेरा बीरा बीरा है हाँ फिर उन्हें पूछ लै चल कोई ना देख दी चल चंगा तू जा ठीक है बाय चंगा फिर अगले ने सही किया एह जी का तो एह जी हाशर होना चाहिए जेडे आपके माँ प्यो की पग पैर च रोलते ने बापू मैं तो अपने वाले का भी फिक्र लगे रहा तो उ ला दी कॉलेज पढ़ना ओ ना ना पुत ना अपने वाली नहीं यह कुछ कर सकती मैं आपके उ माँ ना धीते बापू ए की पता लगता है कोई नहीं सोचता है अजकल जो गलत पास गलत ना रल जाते हैं कुछ नहीं कह सकते फिर गल सुन मेरी है नलैक जे तेरे सारे यार दोस्त कंजर कुत्ते ने ना कुड़ी दिया सहेलियां नू ऐसा कुछ ना बोल सारियां एको जिहियां नहीं होंदियां जे नाल नाले पिंड दी माड़ी निकल गई भी आपकी भैन नू भी ऐ माड़ी कहेगा शर्म कर ला माड़ी मोटी बापू मैं माड़ी नहीं कहता हैगा मैं तेनू समझाउना गल भी टाइम नहीं लगता हैगा तू जा देख के ब्याह वो कर देंदा ओए तू ना कहावतां सच्चियां ना करा दी कदे ओह कहावत सुनिया मुर्दा बोलू कफन पाड़ू चज दी जवान भी कढ लिया कर कदे बापू हुण 12 पड़ गई ब्याह दी उहदी उमर है ਧੀਆਂ ਭੈਣਾਂ ਘਰੋਂ ਜਾਂਦੀਆਂ ਸੋਹਣੀਆਂ ਲੱਗਦੀਆਂ ਨੇ ਆਹ ਟਾਈਮ 'ਚ ਹੁਣ ਉਹ ਕਰ ਦਾਂਗੇ ਤੂੰ ਕਾਹਦੇ ਵਾਸਤੇ ਆ ਆਹ ਬੰਬੂ ਕਾਰਡ ਜਾ ਲੈ ਕੇ ਸ਼ਹਿਰ ਨੂੰ ਭੱਜ ਲੈਣਾ ਰੋਜ਼ ਉੱਥੇ ਕਾਲਜ ਗੇੜਾ ਮਾਰਿਆ ਕਰੀ ਉਹ ਬਾਪੂ ਫਿਰ ਉੱਥੇ ਲੋਕ ਮੈਨੂੰ ਗਲਤ ਕਹਿਣਗੇ ਅੱਗੇ ਕੁੜੀਆਂ ਦੇ ਕਾਲਜ 'ਚ ਗੇੜੇ ਮਾਰਦਾ ਫਿਰਦਾ ਫਿਰ ਉੱਥੇ ਉਹਨਾਂ ਨੂੰ ਕੀ ਪਤਾ ਵੀ ਇਹਦਾ ਆਪਦੀ ਭੈਣ ਨੂੰ ਲੈਣ ਆਉਂਦਾ ਜਾਂ ਛੱਡਣ ਆਉਂਦਾ ਉਹ ਤੇਰੇ ਜ਼ਬਾਨ ਤਾਂ ਲੱਗੀ ਆ ਉਹ ਐ ਬਾਪੂ ਹੁਣ ਫਿਰ ਮੈਂ ਇਕੱਲੇ ਇਕੱਲੇ ਨੂੰ ਕਿਹਨੂੰ ਕਿਹਨੂੰ ਦੱਸ ਦੂੰਗਾ ਵੀ ਇਹ ਮੇਰੀ ਭੈਣ ਹੈ ਜਾਂ ਉੱਥੇ ਫਿਰ ਮੈਂ ਵੱਡੇ ਬੋਰਡ 'ਤੇ ਲਿਖਾ ਦੂੰ ਕਿਸੇ 'ਤੇ ਉਹ ਤੇਰੇ ਨਾਲ ਤਾਂ ਨਾ ਮੱਥਾ ਮਾਰਨਾ ਹੀ ਸਾਲਾ ਉਹ ਆ ਤੇਰੇ ਨਾਲ ਤਾਂ ਮੈਂ ਇੱਕ ਕੁੜੀ ਹੋਰ ਜੰਮ ਦਿੰਦਾ ਨਾ ਉਹ ਵਧੀਆ ਰਹਿੰਦਾ ਫਿਰ ਬਾਪੂ ਤੈਨੂੰ ਸਮਝਾਉਣ ਵਾਲਾ ਕੋਈ ਵੀ ਨਹੀਂ ਰਹਿਣਾ ਸੀ ਕਿਉਂ ਨਹੀਂ ਰਹਿਣਾ ਸੀ ਨਾਲੇ ਉਹ ਟਾਈਮ ਨਾਲ ਵਿਆਹ ਕੇ ਤਾਂ ਘਰ ਨੂੰ ਤੁਰਦੀਆਂ ਕਰ ਦਿੰਦਾ ਤੂੰ ਮੇਰੀ ਗੱਲਾਂ ਯਾਦ ਰੱਖੀ ਫਿਰ ਤੇਰੀਆਂ ਗੱਲਾਂ ਯਾਦ ਰੱਖੀ ਨਾਡੂ ਖਾਧੀਆਂ ਨਾਲੇ ਹੋਰ ਛੱਡ ਜਾ ਤੈਨੂੰ ਸੰਗਰਾਤ ਦੱਸ ਦਿੰਦਾ ਹੂੰ ਨਹੀਂ ਤੂੰ ਟਿਕਦਾ ਹੈਗਾ ਨਾਲੇ ਹੋਰ ਸੁਣ ਲੈ ਮੇਰੀ ਇੱਕ ਗੱਲ ਜੇ ਤੂੰ ਕਿਤੇ ਕੁੜੀ ਹੁੰਦੀ ਨਾ ਤੂੰ ਜ਼ਰੂਰ ਇਹ ਚੰਦ ਚਾੜ ਦਿੰਦੀ ਉਹ ਨਹੀਂ ਚਾੜਦਾ ਸੀ ਬਾਪੂ ਕੋਈ ਚੰਦ ਆ ਦੱਸ ਮੜੀ ਜੀ ਗਿੱਦਿਆ ਸੰਗਰਾਤ ਆ ਬਸ ਬਾਪੂ ਦੋ ਦਿਨਾਂ ਨੂੰ ਆਇਆ ਓਏ ਦੋ ਦਿਨ ਕੋਈ ਹੋਣਗੇ ਤਾਂ ਸਹੀ ਕੋਈ ਤਰੀਕ ਤੱਥਾ ਦਾ ਹੋ ਅੱਜ ਕੀ ਹੈ ਅੱਜ ਸ਼ੁੱਕਰਵਾਰ ਆ ਬਸ ਫਿਰ ਦੋ ਦਿਨਾਂ ਨੂੰ ਕਿਹੜਾ ਦਿਨ ਆਊਗਾ ਉਹੀ ਦਿਨ ਬਣਦਾ ਬਾਰ ਸੋਮਵਾਰ ਦੀ ਆ ਜੀ ਦਾ ਕਰਦਾ ਦੋ ਤਿੰਨ ਸੋਮਵਾਰ ਦੀ ਆ ਕੱਢ ਲੂ ਗਦੀ ਮੰਗੂ ਦੰਤ ਤਾਂ ਜਾਣਾ ਮੈਂ ਖੇਤ ਨੂੰ ਠੀਕ ਆ ਕੋਈ ਨਾ ਮੈਂ ਰੋਟੀ ਲੈ ਕੇ ਆ ਜਾਊਗਾ ਜੇ ਕਹਿਣਾ ਛੱਡਿਆ ਹੋਣਾ ਗੇੜਾ ਮਾਰ ਕੇ ਮੁੜਨਾ ਕੋਈ ਨਾ ਬਾਪੂ ਜਸ ਮੈਂ ਤੈਨੂੰ ਕਿਹਾ ਸੀ ਨਾ ਮੇਰੇ ਘਰ ਦੇ ਨਹੀਂ ਮੰਨਣੇ ਤੇ ਉਹ ਮੰਨ ਨਹੀਂ ਰਹੇ ਸਿਮਰਨ ਤੂੰ ਯਾਰ ਇੱਕ ਵਾਰੀ ਕੋਸ਼ਿਸ਼ ਤਾਂ ਕਰਕੇ ਵੇਖ ਲੈ ਜਸ ਕੋਸ਼ਿਸ਼ ਦੀ ਕੀ ਗੱਲ ਆ ਮੇਰਾ ਨਹੀਂ ਦਿਲ ਕਰਦਾ ਵੀ ਮੈਂ ਘਰ ਦੇ ਮਨਾ ਲਾ ਤੇ ਆਪਾਂ ਵਿਆਹ ਕਰਾ ਲਈਏ ਮਨ ਘਰ ਦੇ ਵਿਆਹ ਲਈ ਤਾਂ ਮੰਨਣ ਦੀ ਦੂਰ ਦੀ ਗੱਲ ਜੇ ਮੇਰੇ ਡੈਡੀ ਨੂੰ ਇਹ ਵੀ ਪਤਾ ਲੱਗ ਗਿਆ ਤਾਂ ਮੈਂ ਤੇਰੇ ਨਾਲ ਗੱਲ ਕਰਦੀ ਪਈ ਹਾਂ ਉਹ ਤਾਂ ਮੈਨੂੰ ਜਾਨੋਂ ਮਾਰ ਦੇਣਗੇ ਉਹ ਯਾਰ ਫਿਰ ਹੁਣ ਕੀ ਕਰੀਏ ਆਪਣੇ ਕੋਲ ਹੋਰ ਕੋਈ ਰਸਤਾ ਵੀ ਨਹੀਂ ਹੈਗਾ ਨਾਲੇ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਹੈਗਾ ਯਾਰ ਰਹਿ ਤਾਂ ਜਸ ਮੈਂ ਵੀ ਨਹੀਂ ਸਕਦੀ ਪਰ ਹੁਣ ਕਰੀਏ ਕਿ ਮੈਂ ਘਰੇ ਨਹੀਂ ਗੱਲ ਕਰ ਸਕਦੀ ਉਹਨਾਂ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਮੇਰਾ ਸਾਰਾ ਕੁਝ ਆਉਣਾ ਜਾਣਾ ਵੀ ਬੰਦ ਕਰ ਦੇਣਾ ਮੇਰੀ ਗੱਲ ਸੁਣ ਦੇਖੀ ਕਿਤੇ ਮੈਨੂੰ ਧੋਖਾ ਨਾ ਦੇ ਦੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੈਗਾ ਕਿਤੇ ਵਿਆਹ ਦੇ ਲਾਰੇ ਮੇਰੇ ਨਾਲ ਲਾਈਆਂ ਮੈਂ ਤੇ ਲਾਵਾਂ ਕਿਸੇ ਹੋਰ ਨਾਲ ਲੈ ਲੈ ਤੈਨੂੰ ਲੱਗਦਾ ਮੈਂ ਤੈਨੂੰ ਧੋਖਾ ਦਊਂਗੀ ਜੇ ਧੋਖਾ ਦੇਣਾ ਹੁੰਦਾ ਮੈਂ ਤੇਰੇ ਨਾਲ ਗੱਲ ਹੀ ਨਾ ਕਰਦੀ ਜਿੱਦਣ ਆਪਾਂ ਮਿਲੇ ਸੀ ਮੈਂ ਪਹਿਲੇ ਤੇਰੇ ਨਾਲ ਵਿਆਹ ਦੀ ਗੱਲ ਕੀਤੀ ਆ ਨਾ ਪਰ ਮੈਨੂੰ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ ਪਰ ਜੇ ਤੇਥੋਂ ਕੁਛ ਨਹੀਂ ਬਣਦਾ ਤੇਰੇ ਘਰ ਦੇ ਨਾਲ ਮੈਂ ਗੱਲ ਕਰ ਲੈਣਾ ਪਾਗਲ ਆ ਤੂੰ ਜਾਣ ਨਹੀਂ ਤੈਨੂੰ ਪਿਆਰੀ ਪਤਾ ਲੱਗ ਗਿਆ ਨਾ ਤੇਰੇ ਨਾਲ ਨਾਲ ਮੈਨੂੰ ਵੀ ਮਾਰ ਦੇਣਗੇ ਉਹ ਫਿਰ ਜੀ ਕੇ ਵੀ ਕੀ ਕਰਨਾ ਹੈ ਲੁਕ ਲੁਕ ਕੇ ਆਪਾਂ ਮਿਲਦੇ ਹਾਂ ਫਿਰ ਐਵੇਂ ਰੋਜ਼ ਰੋਜ਼ ਮਰਨ ਨਾਲੋਂ ਚੰਗਾ ਯਾਰ ਇੱਕ ਵਾਰੀ ਮਰ ਜਾਵਾਂਗੇ ਤੂੰ ਚੁੱਪ ਕਰ ਇੱਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਮੇਰੀ ਗੱਲ ਸੁਣਾ
एक रास्ता हूं तो भज के ब्याह करा लेंगे, कोर्ट मैरिज करा लेंगे। रोज रोज रोन आने तो चंगा है, परे सेटल हो जाएंगे। जे तेरा कितने होर ब्याह हो गया तू उत्थे रोई जाएगी, दारू पी पी मैं मर जूं। गल तो वैसे तेरी सही है पर मैं सच्ची बहुत डर लगता पाया है जे कुछ अगे हो गया। वो फिक्र ना कर यार, मैं तेरे नाल हूं ना, जिवें मैं कहूँगा उवें करी, अपनी जिंदगी सुधर जूगी। जे तू अपने घरदां ते सोचना है तो उवें देख ला तू। चल कोई ना, देख दे की बन दे, करा लेंगे ब्याह। चल तू जा हुण, कोई देख ना लवे। हाँ चल ठीक है, बाय। डर गया सी पुत होए। डैडी जी तुसी? हाँ आ की करी जाना, बैग च पाई जाना कपड़े। ओ डैडी जी अलमीरा विच ना आह तै मार के नहीं रखे सीगे, खलारा जा पै रहा सी, मैं कहा चल बैग च रख देनी आ। अच्छा अच्छा अच्छा, चज नाल तै ता मारना गुथम गुथे जे कर कर सती जानी आ विच। ओ मार देनी आ, पता की आ गुरविंदर जदो अपने कपड़े करदा अपने ता खलार देंदा, मेरे भी खलार देंदा आ। ओए ओ ता नलायक है, जे एडी अकल हुंदी ओनू हुन नू कामयाब ना हो जांदा, दस महीना कर लैंदा आपदी। सही गल है, चलो कोई गल नहीं, हुण मैं उहनू की कह सकदी आ, गल तो एक भी नहीं मानदा हैगा, खाण नू पैंदा आ। इह तां गल पुत तेरी सही आ, मैं तां आ गया सी इधर नू, महा वी चल तू चाह बनाउण दी कुट, चल हुण मैं आप ही बना लैना। नहीं नहीं डैडी जी, मैं लैके आउंदी आ बना के। ओए पुत तू सांभ सभैया कर, तू ना होवे ना इह तां कर कबूतर खाना बन जाए, उह तां टेंशन फेंशन च ही रहिंदा। सही गल है, मैं भी यही सोचदी हाँ कि जदों मैं चली गई उदों तुहाडा की बनूंगा। ओ पुत कुछ नहीं बनना, पर आही चीज़ कदे कदे मैं भी सोचना भी तू ही आ जिहड़ा सारा घर सांभी फिरदी आ, भोरा फिक्र नहीं मैनू, नाले तैनू फिर भी कदे चाह कर दे, रोटी पका दे, ठीक है ना। तू आराम नाल आपदा बैग बूग च पा कपड़े, तैं मार ली चज नाल, मैं चाह पी बना के पी लैना, ठीक है। चल चंगा पुत। ठीक हाँ, हेलो। हाँ सिमरन, सौ गए सारे घर दे? तैयार ना तू? चल तू ऐ कर फिर, बैग लेके ना बाहर आ जा, मैं बाहर ही खड़ा। चलो ठीक है, मैं आई। ਮੈਨੂੰ ਲੱਗਦਾ ਭਿੰਦੇ ਵਾਲਾ ਮੁੰਡਾ ਕੰਜਰ ਅੱਜ ਫੇਰ ਵੱਟ ਲੱਗਿਆ ਹੋਇਆ ਵੱਢਣ। ਨਾਲੇ ਕੰਜਰ ਦੇ ਨੂੰ ਕਿੰਨੇ ਵਾਰੀ ਕਿਹਾ ਇਹਨੂੰ, ਮੇਰੇ ਸਾਲੇ ਨੇ ਤਿੰਨ ਚਾਰ ਖੁੱਟ ਉੱਧਰੋਂ ਚੁੱਕਾ ਤੇ ਮਿੱਟੀ ਦੇ। ਮੈਨੂੰ ਐਂ ਨਹੀਂ ਸਰਦਾ ਗੱਲ ਕਰਨੀ ਪਊ ਇਹਦੇ ਨਾਲ ਅੱਜ। ਉਹ ਭਤੀਜ, ਉਹ ਮਾੜੀ ਮੋਟੀ ਤਾਂ ਸ਼ਰਮ ਕਰ ਲਓ ਯਾਰ, ਉਹ ਗੱਡਾ ਤਾਂ ਰੋਂਦੀ ਪਹਿਲਾਂ ਨਹੀਂ ਨਿਕਲਦਾ, ਤੂੰ ਇਹਨੂੰ ਵੱਟ ਨੂੰ ਹੋਰ ਵੱਢੀ ਜਾਂਦਾ ਪਤੰਦਰਨੀ ਨੂੰ। ਓਏ ਤੂੰ ਤਾਂ ਥੋੜ੍ਹੀ ਜਿਹੀ ਕਹਿਣਾ, ਨਾਲੇ ਤਿੰਨ ਖੁੱਟ ਚਾਰ ਖੁੱਟ ਉੱਧਰੋਂ ਤੁਸੀਂ ਟਿੱਬੇ ਚੋਂ ਚੁੱਕਾ ਤੇ ਯਾਰ। ਯਾਰ ਕੀ ਬਾਪੂ ਨੇ ਚੁਕਾਏ ਹੋਣੇ, ਤੁਹਾਨੂੰ ਕਹਿਣਾ ਵੀ ਸਾਲਾ ਦਾ ਕੀ ਕਹਾਂ ਤੈਨੂੰ, ਹੁਣ ਤੂੰ ਹੈਗਾ ਹੀ ਮੇਰੇ ਜਵਾਕਾਂ ਵਰਗਾ ਯਾਰ। ਹੁਣ ਫਿਰ ਕੀ ਹੋ ਗਿਆ, ਫਿਰ ਥੋੜ੍ਹੀ ਵੱਡੀਆਂ ਵੱਟੀਆਂ, ਮੈਂ ਜ਼ਿਆਦਾ ਵੱਡੀ, ਮੈਂ ਤਾਂ ਘੜਨ ਲੱਗ ਰਿਹਾ ਕੱਖ ਬੋਲਿਆ ਯਾਰ। ਉਹ ਉੱਥੋਂ ਦੇਖ ਲਾ, ਉਹ ਲਾ ਲਾ ਉੱਥੋਂ, ਕਰਮ ਵਾਂਗੂ ਤੁਸੀਂ ਯਾਰ ਲੈ ਗਏ ਪੱਟ ਕੇ ਆਪਦੇ 'ਚ। ਯਾਰ ਬਾਪੂ ਨਾਲ ਗੱਲ ਕਰੀ ਮੈਨੂੰ, ਬਾਪੂ ਨਾਲ ਕੀ ਯਾਰ, ਸਵਾਹ ਗੱਲ ਕਰਾਂ ਤੇਰੇ ਨਾਲ, ਬਾਪੂ ਨਾਲ ਗੱਲ ਕਰਾਂ।
ਉਹ ਮੈਂ ਵੀ ਤਾਂ 4 ਰੁਪਏ ਜੋੜਨੇ ਨੇ ਉਹ ਚਾਚਾ 4 ਪੈਸੇ ਜੋੜ ਕੇ ਕੀ ਕਰੇਗਾ ਜਿਹਦੇ ਪਾਸੇ ਜੋੜਨੇ ਸੀ ਤਾਂ ਭੱਜ ਗਈ ਉਹ ਨਾਲੇ ਗੱਲ ਤਾਂ ਵਧੀਆ ਹੋ ਗਈ ਤੁਹਾਡਾ 20-25 ਲੱਖ ਬਚ ਗਿਆ ਜੇ ਪੁੱਛਣ ਵਾਲਾ ਹੋਵੇ ਮੈਂ ਦੱਸ ਕਿਹੜੇ ਉਹਦੇ ਲਾਡ ਪਿਆਰ 'ਚ ਕੋਈ ਘਾਟ ਛੱਡੀ ਸੀ ਕਿਤੇ ਮੈਨੂੰ ਮੂੰਹ ਦਿਖਾਉਣ ਜੋਗਰਾ ਨਹੀਂ ਛੱਡਿਆ ਉਹਨੇ ਇਹੋ ਜਿਹੀ ਨਿਕੰਮੀ ਲਾਤ ਰੱਬ ਕਿਸੇ ਨੂੰ ਨਾ ਦੇਵੇ ਉਹਦਾ ਜੇ ਹਰੇਕ ਸ਼ੌਕ ਪੂਰਾ ਕੀਤਾ ਅਤੇ ਮੇਰੀ ਇੱਜ਼ਤ ਰੋਣ ਲੱਗਿਆ ਉਹਨੇ ਇੱਕ ਵਾਰੀ ਵੀ ਨਹੀਂ ਸੋਚਿਆ ਘੱਟੋ ਘੱਟ ਇੱਕ ਵਾਰ ਸੋਚ ਤਾਂ ਲੈਂਦੀ ਕਿਤੇ ਇਹ ਤੋਂ ਪਹਿਲਾਂ ਮੈਨੂੰ ਆਪਦੇ ਹੱਥ ਨਾਲ ਹੀ ਜ਼ਹਿਰ ਦੇਣ ਦੀ ਨਾ ਅਚਲਿਤ ਭਰੀ ਜ਼ਿੰਦਗੀ ਨਾਲੋਂ ਲੋਕਾਂ ਦੇ ਤਾਨੇ ਮੇਰੇ ਸੁਣਨ ਤੋਂ ਫਿਰ ਜ਼ਿੰਦਗੀ ਦਾ ਇਸਤਕਾਰ ਤਾਂ ਹੋ ਜਾ ਕੀ ਹੋਇਆ ਪੁੱਤ ਡੈਡੀ ਕੀ ਹੋਇਆ ਤੈਨੂੰ ਤੁਸੀਂ ਠੀਕ ਤਾਂ ਹੋ ਮੈਂ ਤਾਂ ਠੀਕ ਹਾਂ ਪੁੱਤ ਤੂੰ ਕਿਵੇਂ ਆ ਕੀ ਹੋਇਆ ਹਾਂ ਲੈ ਪਾਣੀ ਪੀ ਪਾਣੀ ਪੀ ਪੁੱਤ ਪਾਣੀ ਪੀ ਤੁਸੀਂ ਠੀਕ ਤਾਂ ਹੈਗੇ ਹੋ ਡੈਡੀ ਠੀਕ ਆ ਪੁੱਤ ਤੂੰ ਗਲਤ ਦੱਸ ਗੱਲ ਕੀ ਹੋਈ ਆ ਕੁਛ ਨਹੀਂ ਡੈਡੀ ਮੈਂ ਇੱਕ ਡਰਾਵਨਾ ਸੁਪਨਾ ਦੇਖ ਲਿਆ ਕੀ ਕੁਛ ਨਹੀਂ ਤੁਸੀਂ ਠੀਕ ਹੋ ਨਾ ਪਹਿਲਾਂ ਮੈਨੂੰ ਇਹ ਦੱਸੋ ਪੁੱਤ ਮੈਂ ਠੀਕ ਆ ਤੇਰੇ ਸਾਹਮਣੇ ਬੈਠਾ ਆ ਦੇਖ ਤੇਰਾ ਵੀਰਾ ਵੀ ਠੀਕ ਠਾਕ ਬੈਠਾ ਹਾਂ ਭੈਣੇ ਸੀ ਠੀਕ ਠਾਕ ਆ ਸਾਨੂੰ ਕੀ ਹੋਇਆ ਮੈਨੂੰ ਲੱਗਦਾ ਤੂੰ ਕੋਈ ਨਾ ਡਰਾਵਣਾ ਸੁਪਨਾ ਦੇਖ ਲਿਆ ਜਾਦੀ ਕੀ ਦੇਖ ਲਿਆ ਹੈ ਜਾ ਹਾਂਜੀ ਡੈਡੀ ਮੈਂ ਬਹੁਤ ਡਰਾਵਣਾ ਸੁਪਨਾ ਦੇਖਿਆ ਉਹ ਪੁੱਤ ਹੋਇਆ ਕੀ ਹੈ ਤਾਂ ਦੱਸ ਦੇ ਡੈਡੀ ਜੀ ਮੈਨੂੰ ਮਾਫ਼ ਕਰ ਦਿਓ ਮਾਫ਼ ਕਰ ਦਿਓ ਉਹ ਤੂੰ ਬੌਲਿਆਂ ਵਾਲੀਆਂ ਕਿਸੇ ਬੌਲਿਆਂ ਵਾਲੀਆਂ ਗੱਲਾਂ ਕਰੀ ਜਾਂਦੀਆਂ ਹੈ ਦੱਸ ਕਿਸ ਗੱਲੋਂ ਮਾਫ਼ ਕਰਦਾ ਤੈਨੂੰ ਮੈਂ ਡੈਡੀ ਜੀ ਅੱਜ ਮੇਤੋਂ ਨਾ ਬਹੁਤ ਵੱਡੀ ਗਲਤੀ ਹੋ ਜਾਣੀ ਸੀ ਓਹੋ ਉਹ ਰੋਈ ਕਿਉਂ ਜਾਂਦੀ ਆ ਤੂੰ ਗਲਤ ਦੱਸ ਕੀ ਸੁਪਨਾ ਹੈ ਜਾ ਕੀ ਤੂੰ ਗਲਤੀ ਕਰਨ ਚੱਲੀ ਸੀ ਕੀ ਗਲਤੀ ਹੋ ਗਈ ਡੈਡੀ ਜੀ ਮੈਂ ਨਾ ਕਿਸੇ ਮੁੰਡੇ ਨੂੰ ਪਸੰਦ ਕਰਦੀ ਹਾਂ ਕੀ ਮੈਂ ਕਿਸੇ ਮੁੰਡੇ ਨੂੰ ਨਾ ਪਸੰਦ ਕਰਦੀ ਹਾਂ ਅੱਛਾ ਫਿਰ ਅਸੀਂ ਸੋਚਿਆ ਸੀ ਅੱਜ ਅਸੀਂ ਘਰੋਂ ਚਲੇ ਜਾਵਾਂਗੇ ਅਤੇ ਵਿਆਹ ਕਰਾ ਲਾਂਗੇ ਅਤੇ ਪਰ ਇਹ ਸੁਪਨਾ ਸੱਚ ਨਹੀਂ ਹੋਇਆ ਹੈ ਨਾ ਪਰ ਮੈਨੂੰ ਹੁਣ ਇੰਨਾ ਡਰਾਵਨਾ ਸੁਪਨਾ ਆਇਆ ਨਾ ਹੁਣ ਮੈਂ ਉਹ ਕੁਝ ਨਹੀਂ ਕਰ ਸਕਦੀ ਓਹੋ ਪੁੱਤ ਮੇਰਿਆ ਇਹ ਤਾਂ ਮੇਰਾ ਲਾਡੋ ਸ਼ੇਰ ਆ ਲਾਡੋ ਸ਼ੇਰ ਜਿਹਨੇ ਨਾ ਆਪਣੇ ਪਿਓ ਦੀ ਪੱਗ ਦੀ ਲਾਜ਼ ਰੱਖੀ ਆ ਮੈਂ ਕਰਮ ਵਾਲਾ ਬਾਪ ਆ ਕਰਮ ਵਾਲਾ ਬਾਪ ਠੀਕ ਹੈ ਨਾ ਤੈਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਤੂੰ ਕਿਸੇ ਮੁੰਡੇ ਨੂੰ ਪਸੰਦ ਕੀਤਾ ਮੈਨੂੰ ਡਰ ਲੱਗਦਾ ਸੀ ਜੇ ਮੈਂ ਤੁਹਾਨੂੰ ਦੱਸ ਦੂੰਗੀ ਤੁਸੀਂ ਕੀ ਸੋਚੋਗੇ ਓਹੋ ਬੌੜੀਏ ਜੇ ਇਹ ਗੱਲ ਦੱਸੀ ਹੁੰਦੀ ਤਾਂ ਜਿਹੜਾ ਇੰਨਾ ਡਰਾਵਣਾ ਸੁਪਨਾ ਦੇਖ ਕੇ ਉੱਠੀ ਹਾਂ ਨਾਲੇ ਸਾਡੇ ਦਿਲ 'ਚ ਹੌਲ ਪਾਤਾ ਸ਼ਾਇਦ ਇਹ ਇੱਦਾਂ ਨਾ ਹੁੰਦਾ ਹੋਰ ਬਾਪੂ ਮੈਂ ਤਾਂ ਆਪ ਅੰਦਰੋਂ ਮਸਾਂ ਭੱਜ ਕੇ ਆਇਆ ਮੈਂ ਕਿਹਾ ਬਾਹਰ ਪਤਾ ਨਹੀਂ ਕੀ ਹੋ ਗਿਆ ਹੋਰ ਪਲੀਜ਼ ਡੈਡੀ ਜੀ ਮੈਨੂੰ ਮਾਫ਼ ਕਰ ਦਿਓ ਓਹੋ ਪੁੱਤ ਮੁੰਡਾ ਕੌਣ ਆ ਉਹ ਡੈਡੀ ਮੁੰਡਾ ਲਾਗੇ ਪਿੰਡ ਤੋਂ ਆ ਅੱਜ ਅਸੀਂ ਭੱਜਣਾ ਸੀ ਮੈਂ ਉਹਨੂੰ ਪਸੰਦ ਕਰਦੀ ਹਾਂ ਪਰ ਭੱਜੀ ਨਹੀਂ ਹੈ ਨਾ ਕਿਉਂ ਨਹੀਂ ਭੱਜੀ ਕਿਉਂਕਿ ਤੂੰ ਆਪਣੇ ਪਿਓ ਨੂੰ ਪਿਆਰ ਕਰਦੀ ਹਾਂ ਆਪਦੇ ਭਾਈ ਦੀ ਇੱਜ਼ਤ ਦੇਖੀ ਅਤੇ ਇਸ ਖਾਨਦਾਨ ਦੀ ਤੈਂ ਲਾਜ਼ ਰੱਖੀ ਆ ਪੁੱਤ ਜੇ ਭੱਜਣਾ ਹੁੰਦਾ ਨਾ ਹੁਣ ਨੂੰ ਤੂੰ ਕਦੋਂ ਦੀ ਭੱਜ ਜਾਂਦੀ ਠੀਕ ਹੈ ਨਾ ਸ਼ੇਰ ਮੇਰਾ ਹਿੰਮਤ ਰੱਖ ਹਿੰਮਤ ਪੁੱਤ ਹਿੰਮਤ ਰੱਖ ਇਹ ਉਹੀ ਮੁੰਡੇ ਦਾ ਫੋਨ ਹੈ ਨਾ ਹੈਲੋ ਸਤਿ ਸ਼੍ਰੀ ਅਕਾਲ ਕਾਕਾ ਮੈਨੂੰ ਸਾਰਾ ਪਤਾ ਲੱਗ ਗਿਆ ਠੀਕ ਹੈ ਨਾ ਹੁਣ ਤੈਨੂੰ
ये कदम चकन की लोड़ नहीं हैगी। तुसीं सवेरे अपने माँ बाप नूं लै के साढ़े घर च आ जाओ ते जां तां जो को बह के गल कर सकीए। हाँ, ये चंगे खानदान दे निशानियां ते चंगे बच्चे दियां एक माँ बाप दी दित्ते हुए सिक्ख्या कम आउंदी ने इस टाइम ते। हाँ काका जरूर, लै पुत ठीक है, तेरी खुशी लई ना कुछ भी कर सकदा, क्योंकि सब तो वड्डी मैनू अज की फकर महसूस होया भी तू साडी इज्जत रखी है। थैंक यू पापा, मेरा शेर बग्गा, चल सौ जा हूँ। ठीक है, चल बापू फिर मैं भी। ओके पुत, चल सौ जा हूँ। वाहेगुरु।